हाकम सिंह उन्हें अपने बाप के सिर च बाला मार के आ जिहड़ा कतल कर दिता। मौके पर जिहड़ा बाला टुटिया हो वह भी असी रिकवर कर लिया। कोई पता नहीं इहदे बारे गवांढी दसणगे। फोन इन्होंने करिया सानू उधर, असी आके तां चक्किया। हालात नहीं थी कुछ नहीं थी उत्थे, बापू गया थी इत्थे बैठा बीड़ी पींदा थी। तो जिहड़ी वजह रंग सी इहने अपने मकान है जिहड़ा वह अपने नाम करवाउणा चाहुंदा सी अपने बाप तों। थोड़ी मोटी लड़ाई रहिंदी सी इस करके इन्होंने रात है जिहड़ा सिर च बाला मार के आपदे बाप नूं। मेरे बच्चे खड़े देखण, जिवें मुंडा खड़ा वो आए भजे भजे, उन्होंने देखा काम खराब आ। वो गड्डी वाले ने कहा, गड्डी पा के लै गए भार सौ कुंदरे से। हाँ जी, की नाम है जी अपना? मेरा नाम मलकीत सिंह। बजुर्ग जिन्हों का कतल होया जी, वह कौन सी अपने? मेरे पिता जी। तो जिन्हें ने कतल किया जी? वो भरा ने। भरा सी जी? छोटा जी थोतों? मेरे तो छोटा। कितनी उम्र होगी जी? उम्र 50 साल ते 55 ते रखो। ठीक है जी। ਬਜ਼ੁਰਗਾਂ ਦੀ ਕਿੰਨੀ ਉਮਰ ਸੀਗੀ ਜੀ? ਬਜ਼ੁਰਗਾਂ ਦੀ 100 ਦੇ ਲਵੇ 95 ਦੇ। ਠੀਕ ਹੈ ਜੀ। ਗੱਲ ਕੀ ਹੋਈ ਹੈ ਜੀ, ਤੁਹਾਨੂੰ ਕਿਵੇਂ ਪਤਾ ਲੱਗਿਆ, ਕੀ ਕਾਰਨ? ਕੋਈ ਪਤਾ ਨਹੀਂ, ਇਹਦੇ ਬਾਰੇ ਗਵਾਂਢੀ ਦੱਸਣਗੇ। ਫੋਨ ਇਹਨਾਂ ਨੇ ਕਰਿਆ ਸਾਨੂੰ ਉੱਧਰ, ਅਸੀਂ ਆ ਕੇ ਤਾਂ ਚੱਕਿਆ। ਠੀਕ ਹੈ ਜੀ। ਉਰੇ ਤੁਸੀਂ ਰੋਟੀ ਪਾਣੀ ਪਤਾ ਲੱਗਿਆ ਕਿ ਦੇ ਕੇ ਗਏ ਹੋ? ਕਿ ਉਦੋਂ ਕਿੱਦਾਂ ਦੇ ਹਾਲਾਤ ਸੀਗੇ ਜਦੋਂ ਇਹਨਾਂ ਨੂੰ ਰੋਟੀ ਦੇ? ਹਾਲਾਤ ਨਹੀਂ ਸੀ ਕੁਝ ਨਹੀਂ ਸੀ, ਉੱਥੇ ਬਾਪੂ ਗਿਆ ਸੀ, ਇੱਥੇ ਬੈਠਾ ਬੀੜੀ ਪੀਂਦਾ ਸੀ। ਠੀਕ ਹੈ ਜੀ। ਉਹ ਤੋਂ ਬਾਅਦ ਮੈਂ ਰੋਟੀ ਦੇ ਰੱਖ ਕੇ ਕੁਰਸੀ 'ਤੇ ਲੰਘ ਗਿਆ ਆਪਦੇ ਕੰਮ। ਠੀਕ ਹੈ। ਪਿੰਡ ਨੂੰ ਉਹ ਤੋਂ ਬਾਅਦ ਆ ਕੇ ਨਹਾਤਾ ਮੈਂ ਜੀ, ਮੈਂ ਆਪਣੀ ਰੋਟੀ ਖਾਣੀ ਸੀ ਜਦ ਮੇਰੇ ਫੋਨ ਵੱਗ ਗਿਆ। ਠੀਕ ਹੈ। ਉਰੇ ਆ ਕੇ ਦੇਖਿਆ ਕੀ ਹਾਲਾਤ ਸੀਗੇ ਉਦੋਂ? ਉਰੇ ਮੈਂ ਨਹੀਂ ਆਇਆ ਹੈਗਾ। ਹਾਂ ਜੀ। ਮੇਰੇ ਬੱਚੇ ਖੜੇ ਦੇਖਣ, ਜਿਵੇਂ ਮੁੰਡਾ ਖੜਾ ਉਹ ਆਏ ਭੱਜੇ ਭੱਜੇ, ਉਹਨਾਂ ਨੇ ਦੇਖਿਆ ਕੰਮ ਖਰਾਬ ਆ। ਉਹ ਗੱਡੀ ਵਾਲੇ ਨੂੰ ਕਿਹਾ, ਗੱਡੀ 'ਚ ਪਾ ਕੇ ਲੈ ਗਏ ਭਾਰ ਸੌ ਕੁੰਦਰੇ 'ਤੇ। ਠੀਕ ਹੈ ਜੀ। ਕੁੰਦਰੇ 'ਤੇ ਹੁਣ ਗਏ, ਉਹਨੇ ਜਵਾਬ ਦੇ ਤਾ, ਹਸਪਤਾਲ ਚਲ ਗਏ। ਉਹਨਾਂ ਨੇ ਚੈੱਕ ਕਰਕੇ ਉਹਨਾਂ ਨੇ ਜਵਾਬ ਦੇ ਤਾ, ਘਰ ਲਿਆਏ। ਅਕਸਰ ਉਰੇ ਪੈਂਦਾ ਸੀਗਾ ਬਾਪੂ ਤੇ ਇਹ ਦੋ? ਸ਼ੁਰੂ ਤੋਂ ਉਰੇ ਹੀ ਨੇ। ਠੀਕ ਹੈ। ਇਹ ਕੀ ਕੰਮ ਕਰਦਾ ਸੀਗਾ ਤੁਹਾਡਾ ਭਰਾ? ਇੱਥੇ ਜ਼ਿਮੀਂਦਾਰਾਂ ਦਾ ਕੰਮ ਕਰਦਾ। ਸਾਨੂੰ 1:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਜਿਹੜਾ ਹਾਕਮ ਸਿੰਘ ਆ ਉਹਨੇ ਆਪਣੇ ਬਾਪ ਦੇ ਸਿਰ 'ਚ ਬਾਲਾ ਮਾਰ ਕੇ ਆ ਜਿਹੜਾ ਕਤਲ ਕਰ ਦਿੱਤਾ। ਅਤੇ ਅਸੀਂ ਮੌਕੇ 'ਤੇ ਗਏ ਸੀ। ਮੌਕੇ 'ਤੇ ਜਿਹੜਾ ਬਾਲਾ ਟੁੱਟਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ। ਜਿਹੜਾ ਇਹ ਹਾਕਮ ਸਿੰਘ ਆ ਇਹ 50 ਸਾਲ ਦਾ ਹੈ, ਜਿਹਨੇ ਆਪਦੇ ਬਾਪ ਦੇ ਸਿਰ 'ਚ ਜਿਹੜਾ ਬਾਲਾ ਮਾਰਿਆ ਲੱਕੜ ਦਾ, ਜਿਹਦੇ ਨਾਲ ਉਹਦੀ ਮੌਤ ਹੋ ਗਈ। ਅਤੇ ਜਿਹੜੀ ਵਜ੍ਹਾ ਰੰਗ ਸੀ ਇਹਨੇ ਆਪਣੇ ਮਕਾਨ ਹੈ ਜਿਹੜਾ ਉਹ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ ਆਪਦੇ ਬਾਪ ਤੋਂ। ਥੋੜ੍ਹੀ ਮੋਟੀ ਲੜਾਈ ਰਹਿੰਦੀ ਸੀ ਇਸ ਕਰਕੇ ਇਹਨਾਂ ਨੇ ਰਾਤ ਹੈ ਜਿਹੜਾ ਸਿਰ 'ਚ ਬਾਲਾ ਮਾਰ ਕੇ ਆਪਦੇ ਬਾਪ ਨੂੰ ਕਤਲ ਕਰ ਦਿੱਤਾ। ਉਹਨੇ ਸ਼ਰਾਬ ਵਗੈਰਾ ਪੀਤੀ ਹੋਈ ਸੀ ਜਿਹੜਾ ਅਸੀਂ ਇਹ FIR 302 IPC ਦੇ ਤਹਿਤ ਪਰਚਾ ਦਰਜ ਕਰਤਾ। ਮੁਜਰਮ ਦੀ ਗ੍ਰਿਫਤਾਰੀ ਨਹੀਂ ਹਲੇ ਹੋਈ ਹੈਗੀ, ਉਹ ਦੌੜਿਆ ਹੋਇਆ, ਅਸੀਂ ਜਲਦੀ ਫੜ ਲਾਂਗੇ।